jumbo wa 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 sarban tor tappan karla kabza ja ke karla kabza mokkal gaya hoya va karachi ਕਰਾਚੀ ਗਿਆ ਹੋਇਆ ਵਾ ਕਬਜ਼ਾ ਕਰਨਾ ਵਾ ਅਸੀਂ ਉਹਦੇ ਘਰ ਤੇ ਕਬਜ਼ਾ ਕਰਨਾ ਵਾ ਸੰਗ ਦਿਲ ਮਹਿਬੂਬਾ ਆਪਕੇ ਕਦਮੋਂ ਮੇ ਐ ਬਾਬੇ ਦਾ ਦਾਵਾ ਹੈ ਬਾਬਾ ਆਮਲ ਸਾਵਲ ਯਾਰ ਵੇ ਬਾਬਾ ਜੀ ਤੁਸੀਂ ਕਬਜ਼ੇ ਇੰਨੇ ਕਰਨੇ ਤੁਸੀਂ ਪੁਖਤੀ ਗਰੁੱਪ ਚੋ ਛੜਾ ਪੰਜ ਚੋੜ ਚੱਪਣ ਮੈਂ ਨਹੀਂ ਕਬਜ਼ਾ ਕਰਨ ਰਿਹਾ ਬੱਚਾ ਜਿਹੜੇ ਲੋਕ ਮੈਨੂੰ ਆ ਕੇ ਕਹਿੰਦੇ ਨੇ ਉਹਨਾਂ ਦੀ ਜਾਇਦਾਦਾਂ ਤੇ ਕਬਜ਼ਾ ਹੋਇਆ ਵਾ ਅਸੀਂ ਉਹਨਾਂ ਦੇ ਕਬਜ਼ੇ ਛੁਡਾਣੇ ਆ ਤੁਸੀਂ ਤਾਂ ਮੈਨੂੰ ਕਿਹਾ ਸੀ ਮੈਂ ਜਾਇਜ਼ ਕੰਮ ਕਰਦਾ ਨੇਕ ਕੰਮ ਕਰਦਾ ਮੇਰਾ ਸਿਗਰਟ ਹੋ ਜਾ ਤੁਸੀਂ ਤੇ ਲੋਕਾਂ ਦੇ ਗਲਤ ਕੰਮ ਕਰਨ ਰਹੇ ਬਾਬਾ ਗਲਤ ਕੰਮ ਨਹੀਂ ਆ ਬੱਚਾ ਜਿਹੜੇ ਬੰਦੇ ਘਰਾਂ ਤੇ ਕਬਜ਼ੇ ਕਰਦੇ ਉਹਨਾਂ ਕੋ ਕਬਜ਼ੇ ਛੁਡਾਣੇ ਗਲਤ ਕੰਮ ਨਹੀਂ ਆ ਉਹਨਾਂ ਨਾਲ ਅਸੀਂ ਅੱਧ ਮੁਕਾਂਗੇ ਗੱਡੀਆਂ ਚਲੀ ਜਾ ਕਰਾਚੀ ਚਲੀ ਜਾ ਮੇਰੇ ਮੋਕਲ ਨੂੰ ਲੈ ਕੇ ਆ ਤੂ ਕੇ ਲੈ ਕੇ ਆ ਲੇਕਿਨ ਗੱਡੀ ਜਾ ਨਹੀਂ ਸਕਦੀ ਬੱਚਾ ਕਿਉਂ ਬਾਬਾ ਜੀ ਗੱਡੀ ਤੇ ਮੁਲਤਾਨ ਰੁਕੀ ਐ ਇਹਨੂੰ ਕ੍ਰਾਸ ਪਿਆ ਵਾ ਬਾਬਾ ਅਮਲ ਸਾਵਲ ਯਾਰ ਵੇ ਦਾ ਹੁਕਮ ਆ ਬਾਬਾ ਅਮਲ ਸਾਵਲ ਯਾਰ ਵੇ ਬਾਬੇ ਅਮਲ ਦਾ ਯਾਰ ਵੇ ਬਾਬੇ ਅਮਲ ਦਾ ਹੁਕਮ ਆ ਜਾ ਕਰਾਚੀਓ ਜਾ ਕੇ ਮੇਰੇ ਸ਼ਹਿਜ਼ਾਦੇ ਨੂੰ ਘੇਰ ਕੇ ਲੈ ਕੇ ਆ ਇਹ ਕੱਲ ਜਿਹੜੀ ਕੁੜੀ ਆਈ ਸੀ ਨਾ ਉਹਦਾ ਮਹਿਬੂਬ ਕਰਾਚੀ ਗਿਆ ਵਾ ਮੈਂ ਮੁਅੱਕਲ ਭੇਜਿਆ ਟ੍ਰੇਨ ਤੇ ਧਰੁੰਦਾ ਹੋਇਆ ਲੈ ਕੇ ਆਏਗਾ ਮੇਰੇ ਕੋਲ ਫਿਰ ਉਸ ਤੋਂ ਬਾਅਦ ਅਸੀਂ ਕਰਾਂਗੇ ਕੰਮ ਕੀ ਬੱਚਾ ਤੂੰ ਕੀ ਪੁੱਛਣਾ ਚਾਹੁੰਦੇ ਆ ਬਾਬੇ ਕੋਲੋਂ ਮੈਂ ਬਾਬਾ ਜੀ ਤੁਹਾਡੇ ਕੋਲ ਇਹ ਪੁੱਛਣਾ ਚਾਹ ਰਿਹਾ ਕਿ ਬਾਬਾ ਜੀ ਕਰਨੀ ਵਾਲਾ ਤਾਂ ਠੀਕ ਹੈ ਭਰਨੀ ਵਾਲਾ ਕੀ ਹੋਇਆ ਬਾਬਾ ਜੀ ਚੜਾ ਬਣ ਚੋੜ ਚੱਪਣ ਬੱਚਾ ਇਹ ਬੜੀ ਲੰਬੀ ਦਾਸਤਾਨ ਆ ਛੁੱਟੀ ਵਾਲੇ ਤੁਸੀਂ ਮੇਰੇ ਲਾਓਗੇ ਨਾ ਫਿਰ ਸੁਣਾ ਦੇਣਾ ਸਹੀ ਨਹੀਂ ਚੜਾ ਬਣ ਚੋੜ ਚੱਪਣ ਬੱਚਾ ਤੈਨੂੰ ਨਹੀਂ ਪਤਾ ਬਾਬਾ ਜੀ ਕਰਨੀ ਵਾਲੇ ਭਰਨੀ ਵਾਲੇ ਸਾਰੇ ਕੁਛ ਵਾਲੇ ਜਿਸਕੀ ਮਿਸਕੀ ਲੋਟਾ ਪੋਟਾ ਵਾਲੇ ਬੱਚਿਆਂ ਵਾਲੇ ਕੋਏ ਵਾਲੇ ਮਲਾਈ ਵਾਲੇ ਬਾਬਾ ਜੀ ਕਰਨੀ ਵਾਲੇ ਤਾਂ ਠੀਕ ਹੈ ਸਮਝ ਆਉਂਦਾ ਭਰਨੀ ਵਾਲੇ ਕੀ ਹੋਇਆ ਬਾਬਾ ਜੀ ਚਟਵਨ ਚੋੜ ਚੱਪਣ ਇਹ ਬੜੀ ਲੰਬੀ ਦਾਸਤਾਨ ਆ ਬੱਚਾ ਕੀ ਕਰੇ ਮੋਟਰ ਵੇ ਤੇ ਪਾ ਲਵਾਂ ਗੱਡੀ ਫਿਰ ਮੈਂ ਚਟਵਨ ਚੋੜ ਚੱਪਣ ਇਹ ਕਰਨੀ ਵਾਲੇ ਤਾਂ ਠੀਕ ਹੋਇਆ ਭਰਨੀ ਵਾਲੇ ਤੂੰ ਇਹ ਸਾਨੂੰ ਪੁੱਛਣਾ ਚਾਹ ਰਿਹਾ ਬੱਚਾ ਅਸੀਂ ਬੜੇ ਕਰਨੀ ਵਾਲੇ ਸੀ ਬੱਚਾ ਫਿਰ ਇੱਕ ਮਰੀਜ਼ ਆਇਆ ਸਾਡੇ ਡੇਰੇ ਤੇ ਸਾਈਕਲ ਖਲਾਰੀ ਆ ਉਹਦੀ ਸਾਈਕਲ ਚੁੱਕੀ ਗਈ ਫਿਰ ਉਹ ਸਾਨੂੰ ਭਰਨੀ ਪੈ ਗਈ ਫਿਰ ਅਸੀਂ ਉੱਥੋਂ ਮਸ਼ਹੂਰ ਹੋ ਗਏ ਕਰਨੀ ਵਾਲੇ ਤੇ ਭਰਨੀ ਵਾਲੇ ਜਰਮਨ ਚੋਰ ਚਪਰ ਚਲੇ ਜਾ ਚਲੇ ਜਾਓ ਜਾ ਚਲ ਜਾਓ ਚਲੇ 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 ਜਾ ਚਲੇ ਜਾ ਚੁੜੇਲਾ ਇੱਕ ਸਾਈਡ ਤੇ ਹੋ ਜਾਣ ਛਲੇੜੇ ਇੱਕ ਸਾਈਡ ਤੇ ਹੋ ਜਾਣ ਭੂਤ ਇੱਕ ਸਾਈਡ ਤੇ ਹੋ ਜਾਣ ਆ ਸਾਈਡ ਤੇ ਕਰ ਭੂਤਾਂ ਨੂੰ ਇੱਧਰ ਕਰ ਦੇ ਭੂਤੋ 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 ਇਹ ਤੇ ਜਿੰਨ ਵਾ ਹਾਂਜੀ ਬੱਚਾ ਮੈਂ ਕਹਾਂ ਮੈਂ ਚੂਚੇ ਰੱਖੇ ਬਾਬਾ ਜੀ ਜਰਮਨ ਚੋਰ ਚਪਰ ਨਾ ਕਰ ਚੁੜੇਲੇ ਹੱਥ ਮਾਰ ਦੇਣਾ ਤੈਨੂੰ ਫਿਰ ਤੇਰਾ ਸਿਸਟਮ ਖਰਾਬ ਹੋ ਜਾਣਾ ਚੁੜੇਲ ਮਾਰ ਤੇ ਮੇਰੇ ਹੱਥ ਮੇਰਾ ਨੂੰ ਸਾਲਨ ਡੋਲ ਦੇਣਾ ਕਿੱਥੇ ਬਾਬਾ ਜੀ ਮੈਨੂੰ ਤਾਂ ਨਜ਼ਰ ਨਹੀਂ ਆਉਂਦੇ ਕਿੱਥੇ ਇੱਥੇ ਹੈ ਹੀ ਨਹੀਂ ਜਿੰਨ ਇਹ ਨਹੀਂ ਇਹ ਸਿਰਫ ਅੱਖਾਂ ਵਾਲਿਆਂ ਨੂੰ ਨਜ਼ਰ ਆਣਗੇ ਬੱਚਾ ਤੇ ਆ ਮਤਲਬ ਕੀ ਪੱਟੀ ਬੰਨੀ ਆ ਬਾਬਾ ਜੀ ਤੁਸੀਂ ਮੈਨੇ ਡਰਾਮੇਬਾਜ਼ੀ ਛੱਡੋ ਮੈਨੂੰ ਅਮਲ ਦਿਓ ਮੈਨੂੰ ਫੈਜ਼ ਦਿਓ ਫੈਜ਼ ਤੈਨੂੰ ਦਾਂਗੇ ਜਦੋਂ ਸਾਨੂੰ ਮਿਲੇਗਾ ਆ ਚਲਾ ਜਾ ਚਲਾ ਜਾ ਚਲਾ ਜਾ ਚਲਾ ਜਾ ਆਪਣਾ ਬੱਚਾ ਵਾ ਆਪਣਾ ਚੇਲਾ ਵਾ ਅੱਛਾ ਮੈਂ ਬਾਬੀ ਜਿੰਨ ਨਜ਼ਰ ਆਉਂਦੇ ਜਿੰਨ ਨਜ਼ਰ ਆਉਣ ਨਹੀਂ ਡੇ ਜਿੰਨ ਮੇਰੇ ਸਿਰ ਤੇ ਬੈਠੇ ਹੋਏ ਆ ਇਸ ਟਾਈਮ ਮੈਂ ਕਹਾਂ ਮੈਂ ਦਵਾ ਪੈਣ ਡਿਆ ਤੁਹਾਨੂੰ ਜਿਹੜਾ ਬੰਨ ਚੋੜ ਚੱਪਣ ਚਲਾ ਜਾਓ ਏ ਚਲੇ ਜਾਓ ਉਹ ਜਾਓ ਚਲ ਜਾਓ ਯਾਰ ਜਾਓ ਜਾਨ ਛੱਡੋ ਐਵੇਂ ਬਾਬਾ ਜੀ ਤੁਸੀਂ ਸਾਨੂੰ ਵੀ ਪਾਗਲ ਬਣਾਇਆ ਵਾ ਮੇਰੇ ਮਰੀਜ਼ ਦਾ ਇੱਕ ਦੋਸਤ ਉਹਦੇ ਨਾਲ ਫਰਾਡ ਕਰਕੇ ਚਲਾ ਗਿਆ ਵਾ ਉਹਦਾ ਵੀ ਕੇਸ ਸਾਡੇ ਤੱਕ ਆਇਆ ਵਾ ਉਹ ਗੱਡੀ ਦੇ ਵਿੱਚ ਸਫ਼ਰ ਕਰਨ ਡਿਆ ਸੀ ਬਸ ਮੂਦੀ ਕਰ ਦੇਣੀ ਮਿੰਟਾਂ ਦੇ ਵਿੱਚ ਚੜਾ ਬੰਨ ਚੋੜ ਚੱਪਣ ਐਸਾ ਅਮਲ ਸਿਖਾਵਾਂਗਾ ਤੈਨੂੰ ਕਿ ਅਮਲ ਠਹਿਰ ਜਾਏਗਾ ਤੇਰੇ ਦਿਮਾਗ ਦੇ ਵਿੱਚ ਲੂਹ ਲੂਹ ਦੇ ਵਿੱਚ ਹੱਥਾਂ ਪੈਰਾਂ ਦੇ ਵਿੱਚ ਚੜਵਨ ਚੋੜ ਚੱਪਣ ਦਿਮਾਗ ਚ ਠਹਿਰੇਗਾ ਸਹੀ ਆ ਫੜ ਤਰਾ ਕੀ ਆ ਬੱਚਾ ਬਾਬਾ ਜੀ 10 ਰੁਪਏ ਦਾ ਨੋਟ ਹੈ ਬਾਬਾ ਜੀ ਆਹ ਤਾਂ ਸੱਚੀ ਮੁੱਜੀ ਮੈਂ ਕਰ ਲਿਆ ਵਾ ਪਰਚੀ ਸੀਗੀ ਇੱਕ ਨਾਲ ਚੱਲ ਖੈਰ ਇਹਦਾ ਹੀ ਮੈਂ ਕਰਦਾ ਇਹ 10 ਦਾ ਨੋਟ ਆ ਹਾਂਜੀ ਇਹਨੂੰ 1000 ਵਾਲਾ ਮੈਂ ਹੁਣੀ ਕਰਾਂਗਾ ਇਹ ਹੋ ਹੀ ਨਹੀਂ ਸਕਦਾ ਬਾਬਾ ਜੀ ਕੀ ਪੜਾਖ ਨਾ ਪੁੱਤ ਕੋੜ ਮਾਛਰ ਲੋ ਚਲ ਚੁੰਬਾ ਤੁਰਲਾ ਪਰਚ ਪਿਕ ਚੁਪਰ ਪਰਗੜ ਗਲੀ ਹੋ ਗਈ ਠਾਕੜ ਦਿਨ ਤਾ ਤਾ ਤ੍ਰਿਗੜ ਦਿਨ ਨਾ ਹੋਇਆ ਬੱਚਾ ਨਹੀਂ ਬਾਬਾ ਜੀ ਇਹ ਇੰਜ ਹੁੰਦਾ ਬਾਬਾ ਕੰਮ ਤੇ ਜਾਂਦਾ ਘਰ ਬੈਠਾ ਇਹੀ ਨਾ ਕਰਦਾ ਰਹਿੰਦਾ ਟਪਨ ਚੋੜ ਚੱਪਣ ਬਾਬਾ ਜੀ ਅੱਜ ਕੋਈ ਗਾਹਕ ਨਹੀਂ ਆਉਂਦੇ ਉਹ ਗਾਹਕ ਵੀ ਆ ਜਾਏਗਾ ਪਹਿਲੇ ਆਪਣਾ ਤੂੰ ਮੰਤਰ ਸਿੱਖ ਲੈ ਵੀ ਬੱਚਾ ਹਾਂਜੀ ਆਛਾ ਤੈਨੂੰ ਅਮਲ ਸਿਖਾਵਾਂਗਾ ਮੇਰੀ ਕੈਂਟੀ ਖੜ ਗਏ ਵੇ ਮੈਂ ਕਹਿਣ ਡਿਆ ਸਾਰਾ ਕੁਝ ਹੋ ਜਾਊਗਾ ਤੂੰ ਅਮਲ ਸਿੱਖਣਾ ਵਾ ਜਿੱਦਾਂ ਜਿੱਦਾਂ ਮੈਂ ਕਵਾਂਗਾ ਉਦਾਂ ਉਦਾਂ ਕਹਿਣਾ ਵਾ ਠੀਕ ਹੈ ਬਾਬਾ ਜੀ ਫਿਰ ਤੂੰ ਕਹਿਣਾ ਸ਼ੁਰੂ ਕਰ ਦੇ ਜਿੱਦਾਂ ਜਿੱਦਾਂ ਮੈਂ ਕਵਾਂਗਾ ਜਿੱਦਾਂ ਜਿੱਦਾਂ ਮੈਂ ਕਵਾਂਗਾ ਹਜੇ ਨਹੀਂ ਕਹਿਣਾ ਹਜੇ ਨਹੀਂ ਕਹਿਣਾ ਇੱਕ ਮਿੰਟ ਸਬਰ ਤੇ ਕਰ ਲੈ ਇੱਕ ਮਿੰਟ ਸਬਰ ਤੇ ਕਰ ਲੈ ਮੈਂ ਚਪੇੜ ਮਾਰਨੀ ਤੇਰੇ ਮੂੰਹ ਤੇ ਚਪੇੜ ਮਾਰਨੀ ਤੇਰੇ ਮੂੰਹ ਤੇ ਹਜੇ ਨਹੀਂ ਕਰਨਾ ਹਜੇ ਨਹੀਂ ਕਰਨਾ ਉਹ ਇਹ ਨਹੀਂ ਸਿੱਖਣਾ ਇਹ ਕੁਛ ਨਹੀਂ ਸਿੱਖਣਾ ਮੈਂ ਤੈਨੂੰ ਜਦੋਂ ਹਜੇ ਕਿਹਾ ਹੀ ਨਹੀਂਗਾ ਹਜੇ ਕੁਛ ਨਹੀਂ ਸਿੱਖਣਾ ਹਲੇ ਕੁਛ ਨਹੀਂ ਸਿੱਖਣਾ ਮੈਂ ਜਦੋਂ ਤੂੰ ਕਿਹਾ ਹੀ ਨਹੀਂਗਾ ਹੈਗਾ ਬਾਹਰ ਵੇਖ ਮਰੀਜ਼ ਕੋਈ ਆਇਆ ਬਾਹਰ ਵੇਖ ਮਰੀਜ਼ ਕੋਈ ਆਇਆ ਮੈਂ ਤੈਨੂੰ ਕਹਿਣ ਡਿਆ ਵਾਂ ਮੈਂ ਤੈਨੂੰ ਕਹਿਣ ਡਿਆ ਵਾਂ
इंज तू सीख जाएगा। हाँ बस कर दा, मुक गया वा अमल। मैं सीख गया बाबा जी। सीख गया तू, छुट्टी कर लवा फिर। तू की करना छुट्टी करके? जाके मैं अपना काम शुरू करा बाबा जी। मेरी गल सुन लै, तन भी पता वा ते मैनू भी पता वा, सिर्फ घेरने आ बंदे। बाबे ने बाहरले मुल्क जाना है, कारोबार शुरू करना है, बिजनेस शुरू करना है। बाबा जी तुसी मेरा विच हिस्सा तो रखो ना, परसेंटेज तो रखो ना, फिर मैं होर बंदे ले लिया दूंगा तुहानू बाबा जी। मेरे को बड़े बड़े बंदे आ, बड़े बड़े बिजनेसमैन, तुसी मैनू दंदे दा कख भी नहीं। अला मोंजो दालो, चीन तक चले जा, जापान तक चले जा, मेरे को तू आन तक चले जा, चले जा, चले जा, चले जा। बाबा जी जल्ले ही खैर करे, सवेर दा कोई कस्टमर नहीं बढ़ रहा इत्थे। आ गया सारा कुछ आएगा बच्चा साडे को, सारा कुछ। की होया बाबा जी? सानू किसी की खुशबू आ रही है, कोई आ रहा है साढ़े तक। मैं क्या भाई सारा मसला बन गया। अल्लाह बाबा जी, 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 हौली आ जा। की है तेनों? क्या कहने थोड़े, तुम वाकई बहुत पहुंचे हो। हाँ बाबा जी भावे बहुत पहुंच रहे, लेकिन अपने दादे के जनाजे नहीं पहुंच सके। दरअसल असि उस टाइम चिल्ला कटन डे सी। ਆ ਬੱਚਾ ਮੋਕਲ ਡੱਕ ਆ ਸਾਰੇ ਹੀ। ਬਾਬਾ ਜੀ ਦੇਖੋ ਤੁਸੀਂ ਹੁਣੇ ਮੈਂ ਡੱਕ ਕੇ ਆਉਂਦੇ ਆ ਨੰਦੀ ਜੀ। ਚਲੋ ਚਲੋ ਕਰ ਦੋ, ਚਲੋ ਨਿਕਲੋ ਉਧਰ ਕਮਰੇ, ਚਲੋ ਮਹਿਮਾਨ ਆਏ ਬਾਬੇ ਕੋਲੇ। ਬਾਬਾ ਆ ਨੀ ਮੰਨ ਰਿਹਾ ਤਾਫੂ। ਇਹ ਨਹੀਂ ਬਣਦਾ, ਨਹੀਂ ਇਹਦੀ ਤਾਰੀ ਨਾਲ ਗੱਲ ਕਰਾ। ਤੁਸੀਂ ਤਾਰੀ ਦਾ ਕਹਿਣ ਡਿਆ, ਮੈਂ ਅੱਗੇ ਪਿੱਦੂ ਨਾਲ ਵੀ ਕਰਾਈ ਆ। ਚਲਾ ਜਾ, ਚਲਾ ਜਾ, ਚਲਾ ਜਾ, ਨਹੀਂ ਜਾਣਾ। ਚਲਾ ਜਾ, ਕੁੰਡਾ ਲਾਇਆ ਬੱਚੇ, ਜਾ ਕੇ ਕੁੰਡਾ ਲਾਇਆ। ਬਾਬਾ ਜੀ, ਬਾਬਾ ਜੀ, ਬਾਬਾ ਜੀ, ਮੈਨੂੰ ਆਪਣੇ ਹੱਥ ਚੁੰਮ ਲੈਂਦੇ ਹੋ ਬਾਬਾ। ਬਾਬਾ ਜੀ ਕੀ ਗੱਲ ਆ ਬੱਚਾ, ਇਲਾਕੇ ਤੇ ਗਟਰ ਕੱਢਦੇ ਆ ਤੁਸੀਂ, ਬੜੀ ਟੂ ਸਾਰੀ ਹੱਥਾਂ ਚੋਂ। ਛੱਡ ਬੰਨ ਚੋਰ ਚੱਪਣ ਰੂਰਾ ਰੀ ਰੀ ਰਾ 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 ਰਾ। ਗੁਸਤਾਖੀ ਨਹੀਂ ਕਰ ਲਈ ਬੱਚਾ, ਗੁਸਤਾਖੀ ਨਹੀਂ ਕਰ ਲਈ। ਇਹ ਬਾਬਾ ਜਿਹੜਾ ਹੱਥ ਚੁੰਮਣ ਡਿਆ ਸੀ ਨਾ, ਲਾਦਾ ਕੋਈ ਵੱਡੀ ਗੇਮ ਪਾ ਕੇ ਆਇਆ। ਇਹ ਤੇ ਬਾਬਾ ਜੀ ਤੁਹਾਡੇ ਹੱਥੋਂ ਤਾਂ ਅੱਜ ਤੱਕ ਮੈਂ ਪਾਣੀ ਦਾ ਗਲਾਸ ਨਹੀਂ ਲਿਆ। ਇਹ ਬਾਬਾ ਜੀ ਸਾਰੇ ਤੁਹਾਡੇ ਕਰਾਮਾਤ, ਇਹ ਤੁਹਾਡਾ ਕੰਮ ਆ ਜਿੰਨੇ ਤੁਸੀਂ ਚਿੱਲੇ ਕੱਟੇ ਬਾਬਾ ਜੀ। ਓਏ ਹੋਇਆ ਕੀ ਆ, ਕੋਈ ਦੱਸੇਗਾ ਵੀ ਕਿ ਨਹੀਂ? ਡੱਬਾ ਲੈ ਕੇ ਘੁੰਮੀ ਜਾਂਦੇ ਆ। ਬਸ ਬਾਬਾ ਜੀ, ਜਿਹੜਾ ਮੈਂ ਤੁਹਾਡੇ ਕੋਲ ਤਵੀਜ਼ ਲਗਾਇਆ ਸੀ ਕੁੜੀ ਵਾਸਤੇ, ਬਾਬਾ ਜੀ ਉਹ ਕੁੜੀ ਮੇਰੇ ਨਾਲ ਮੁਹੱਬਤ ਕਰਨ ਲੱਗ ਪਈ ਏ। ਹਾਂਜੀ ਬਾਬਾ ਜੀ, ਇਹਨੂੰ ਤਵੀਜ਼ ਤੂੰ ਤਾਂ ਨਹੀਂ ਦਿੱਤਾ? ਬਾਬਾ ਜੀ ਮੈਂ ਤੇ ਕਸਮ ਲੈ ਲਓ ਨਹੀਂ ਦਿੱਤਾ। ਫਿਰ ਇਹਦਾ ਕੋਈ ਹੋਰ ਹੀ ਹਿਸਾਬ ਕਿਤਾਬ ਲਗਾਈ। ਬਿਲਕੁਲ ਠੀਕ ਕੀਤਾ ਬੱਚਾ, ਤੂੰ ਠੀਕ ਕੀਤਾ। ਅਸੀਂ ਕਦੇ ਵੀ ਕੋਈ ਕੱਚਾ ਕੰਮ ਨਹੀਂ ਕੀਤਾ, ਉਹਦੀ ਤੇਰੇ ਨਾਲ ਮੁਹੱਬਤ ਹੋਰ ਵਧਣੀ ਆ, ਕਿਉਂਕਿ ਅਸੀਂ ਚਿੱਲੇ ਕੱਟੇ ਆਜ਼ਾਦੀ, ਅਸੀਂ ਵਾਹਣ ਵੱਟੇ ਆਜ਼ਾਦੀ, ਅਸੀਂ ਚਿੱਲੇ ਕੱਟੇ ਆਜ਼ਾਦੀ, ਅਸੀਂ ਵਾਹਣ ਵੱਟੇ ਆਜ਼ਾਦੀ, ਅਸੀਂ ਸਭ ਕੁਝ ਕੀਤਾ। ਹੀ ਪਟਾ ਕਦਮ ਭੁਕੜੀ ਬਾਬਾ ਜੀ, ਬਾਬਾ ਜੀ ਬੱਚਾ, ਜਿਹੜਾ ਮੈਂ 11 ਪ੍ਰੋ ਤੁਹਾਨੂੰ ਦੇਣਾ ਸੀ, ਮੈਂ ਉਸ ਕੁੜੀ ਨੂੰ ਗਿਫਟ ਕਰਦਾ, ਉਹਨੇ ਲੈਂਦੇ ਆ ਸਾਰੇ, ਮੈਨੂੰ ਕਹਿੰਦੀ ਆਈ ਲਵ ਯੂ। ਬਾਬਾ ਜੀ ਤੁਹਾਡਾ ਜਾਦੂ ਕਾਮਯਾਬ ਹੋ ਗਿਆ, ਤੁਹਾਡਾ ਤਵੀਜ਼ ਕੰਮ ਕਰ ਗਿਆ। ਉਹਦਾ ਕਾਹਦਾ ਕੰਮ ਕਰ ਗਿਆ, ਜਿਹੜੀ ਮੇਨ ਚੀਜ਼ ਸੀ ਆ, ਤੂੰ 250 ਵਾਲੀ ਮਠਾਈ ਬਾਬੇ ਲਈ ਲੈ ਆ, ਆਈਫੋਨ ਕੁੜੀ ਨੂੰ ਦਿਆ। ਤੇਰੀ ਸੈਟਿੰਗ ਬਿਲਕੁਲ, ਤੇਰੀ ਮੁਹੱਬਤ ਵੀ ਉਹਦੇ ਨਾਲ ਵਧਣੀ ਹੈ। ਹਾਂ ਜੀ, ਕਿਉਂਕਿ ਅਸੀਂ ਕੀ ਕੀਤਾ, 10,000 ਆਏ ਨੂੰ ਕੀ ਕੀਤਾ ਬਾਬਾ ਜੀ? ਕਿੱਲੇ ਕੱਟੇ। ਹਾਂ ਉਹ ਚੱਲਿਆ ਗੰਦੇ ਖਾਲੇ 'ਚ ਖਲੋ ਕੇ, ਇੱਕ ਲਾਤੇ ਸਾਰੀ ਰਾਹ ਚਿੱਲਾ ਕੱਟਿਆ ਬਾਬਾ ਜੀ ਨੇ ਤੁਹਾਡੀ ਖਾਤਰ, ਤੇ ਦੂਈ ਲੱਤ ਸੁੱਕਣੇ ਪਾਈ ਸੀ ਤੁਸੀਂ। ਆ ਕੀ ਆ ਬੱਚਾ? ਬਾਬਾ ਜੀ ਮਿਠਾਈ ਵਾਲਾ ਡੱਬਾ ਆਏ ਆਵੇ ਲਿਆ, ਸਾਡੇ ਮੋਕਲਾਂ ਲਈ ਲੈ ਕੇ ਆਇਆ ਕੁਛ। ਆਇਆ ਬਾਬਾ ਜੀ, ਆਇਆ 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 ਬਾਬਾ ਜੀ ਆਇਆ। ਬਾਬਾ ਜੀ ਛੱਡਣ ਲੱਗਾ ਮੈਂ, ਇਹ ਐਵੇਂ ਬਾਬਾ ਜੀ ਕੀ ਡਰਾਮੇ ਕਰਨੇ? ਬਾਬਾ ਜੀ ਕੀ ਗੱਲ, ਪੌਂਡਾ ਪੀ ਲਿਆ? ਸਾਡੇ ਲਈ ਸਿਰਫ 350 ਰੁਪਏ ਕਿਲੋ ਵਾਲੀ ਮਠਿਆਈ ਤੇ ਉਹਨੂੰ 11 ਪ੍ਰੋਲ ਚੌੜ ਚੱਪਣ। ਬੱਚਾ ਇੱਕ ਗੱਲ ਯਾਦ ਰੱਖੀ ਜੀ ਬਾਬਾ ਜੀ, ਅੱਜ ਤੋਂ ਬਾਅਦ ਜਿਹੜੀ ਸ਼ੈ ਬਾਬੇ ਲਈ ਲੈ ਕੇ ਆਵੇ, ਉਹ ਤੈਨੂੰ ਕਸਬ ਲੱਗੀ ਸਿੱਧਾ ਬਾਬੇ ਕੋਲ ਲੈ ਕੇ ਆਣੀ। ਚੌੜ ਚੱਪਣ ਅੱਜ ਤੋਂ ਬਾਅਦ ਵੜਨਾ ਇੱਥੇ ਕਿਹਨੇ? ਕੀ ਮਤਲਬ ਬਾਬਾ ਜੀ? ਤੁਹਾਡੇ ਲਈ ਆਏਗੀ ਹਰ ਸ਼ਹਿ, ਤੁਹਾਡੇ ਲਈ ਆਏਗੀ ਬਾਬਾ ਜੀ। 6 ਘੰਟੇ ਹੋ ਗਏ ਮੁਲਤਾਨ ਖਲੋਤੀ ਆ, ਕਰਾਚੀ ਜਾਣਾ ਬਹੁਤ ਜ਼ਰੂਰੀ ਆ, ਬੰਦਿਆਂ ਨੂੰ ਲੈ ਕੇ ਆਉਣਾ ਹੈ, ਸੰਗ ਦਿਲ ਮਹਿਬੂਬ ਆਪਕੇ ਕਦਮੋ ਮੇ। ਇਹਨੂੰ ਤੋਰਦੇ, ਗੱਡੀ ਨੂੰ ਤੋਰਦੇ, ਰੁਕੀ ਹੋਈ ਆ ਗੱਡੀ। ਬਾਬਾ ਜੀ ਨੂੰ ਮੈਂ ਤੋਰ ਦਿਆਂਗਾ ਅਗਰ ਤੁਸੀਂ ਇਜਾਜ਼ਤ ਦਿਓ। ਮੈਂ ਕਹਿਣ ਡਿਆ ਤੂੰ ਤੋਰਦੇ, ਬਾਬਾ ਜੀ ਦਾ ਥਾਪੀ ਦਿਓ। ਥਾਪੀ ਦੇਤੀ, ਥਾਪੀ 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 ਚੂਲੋ, ਥਾਪੀ 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 ਤੇ ਨਾਮੀ, ਤੋਰਦੇ 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 ਫਿਰ ਹੌਲੀ ਚੂਲੋ ਬਾਬਾ ਜੀ। ਇਹ ਦੇਖੋ ਬਾਬਾ ਜੀ, ਇਹ ਬਾਬਾ ਜੀ ਲੁੱਟਿਆ।
ਕੀ ਹੋਇਆ ਬੱਚਾ? ਬਾਬਾ ਜੀ ਮੈਂ ਮਾਰਿਆ ਗਿਆ ਬਾਬਾ ਜੀ। ਕੀ ਹੋਇਆ ਬੱਚਿਆ? ਮੈਂ ਬਰਬਾਦ ਹੋ ਗਿਆ ਬਾਬਾ ਜੀ। ਬਾਬਾ ਜੀ ਮੈਂ ਬਰਬਾਦ ਹੋ ਗਿਆ ਬਾਬਾ ਜੀ। ਕੀ ਹੋਇਆ ਕੀ ਬੱਚਾ? ਚੱਲ ਬਾਬਾ ਮੇਰਾ ਕੰਮ ਚੱਲ ਪਿਆ। ਕੀ ਹੋਇਆ ਕੀ ਬੱਚਿਆ? ਬਾਬਾ ਜੀ ਜਿਸ ਕੁੜੀ ਨਾਲ ਮੈਂ ਮੁਹੱਬਤ ਕਰਦਾ। ਮੂਰਖਾ ਬਾਬਾ ਮੈਂ ਵਾ। ਬਾਬਾ ਜੀ ਆ ਕੀ ਆ? ਇਹ ਸਾਡਾ ਚੇਲਾ ਵਾ। ਮੈਂ ਵੀ ਕਵਾਂ ਏਡਾ ਮੈਲਾ ਬਾਬਾ ਨਹੀਂ ਹੋ ਸਕਦਾ। ਬਾਬਾ ਤਾਂ ਬੜਾ ਕਿਤੇ ਬਾਬਾ ਨੀਲ ਦੀ ਮਸ਼ਹੂਰੀ ਦੇਣ ਡਿਆ ਹਨਾ। ਮੈਂ ਬਿਜਲੀ ਹੂੰ ਮਛੋਲਾ ਹੂੰ। ਬਾਬਾ ਜੀ ਮੈਂ ਸੁਣਿਆ ਸੀ ਇੱਥੇ ਗੁਆਚੀਆਂ ਮੁਹੱਬਤਾਂ ਲੱਭ ਜਾਂਦੀਆਂ। ਤੈਨੂੰ ਕਿਹਨੇ ਕਹਿਤਾ ਗੁਆਚੀਆਂ ਮੁਹੱਬਤਾਂ ਲੱਭਦੀਆਂ? 11 ਸਾਲ ਹੋ ਗਏ ਬਾਬੇ ਦੀ ਆਪਣੀ ਬੁੱਢੀ ਨਹੀਂ ਲੱਭੀ। ਮੂਰਖਾ ਜੀ ਬਾਬਾ ਜੀ ਕੁੱਤਾ ਬਣਾ ਦੇਗਾ ਤੈਨੂੰ ਮੈਂ। ਬਾਬਾ ਜੀ ਉਹ ਤਾਂ ਉਹਨੇ ਤੁਹਾਡਾ ਕੀ ਵਿਗਾੜਿਆ? ਸਹੀ ਜਗ੍ਹਾ ਤੇ ਆ ਗਿਆ ਤੂੰ। ਸਹੀ ਜਗ੍ਹਾ ਤੇ ਕਿਹੜੀ? ਥੋੜਾ ਨਾਲ ਹੋ ਜਾ ਬਾਬਾ ਜੀ। ਸਹੀ ਜਗ੍ਹਾ ਤੇ ਪੂਰਾ ਫਰੇਮ ਬਣ ਰਿਹਾ ਬਾਬਾ ਜੀ। ਸਹੀ ਕਿਹਾ। ਬੈਰੀਅਰ ਟਾਊਨ ਆ ਗਿਆ ਬਾਬਾ ਜੀ। ਅਰੇ ਜੋ ਚਲੇ ਜੋ ਚੜੇਲੋ ਚੜੇਲੋ ਕੋਈ ਨਹੀਂ ਆਪਣਾ ਬੰਦਾ ਰੋਂਡਿਆ ਚੜੇਲਾ ਸਾਈਡ ਤੇ ਹੋ ਜਾਣ ਚਲੇਡੇ ਸਾਈਡ ਤੇ ਹੋ ਜਾਣ ਚਲੇ ਜਾਓ ਤੁਸੀਂ ਵੀ ਸਾਈਡ ਤੇ ਬੜੇ ਰਵੋ। ਇਹਨਾਂ ਨੂੰ ਦਾਣਾ ਵੀ ਪਾਓ ਮਾਰੀ ਨਾ ਜਾਣ ਸਾਹ ਘੁੱਟ ਕੇ ਮੜਾ ਸਾਹ ਨਿਕਲਣ ਦਿਓ। ਆ ਲਓ ਬਾਬਾ ਜੀ ਸਾਰੀ ਦੁਨੀਆ ਛੱਡ ਕੇ ਤੁਹਾਡੇ ਦਰ ਤੇ ਆ ਗਿਆ ਬਾਬਾ ਜੀ। ਰੋ ਨਾ ਰੋ ਨਾ ਰੋ ਨਾ ਬੱਚਾ ਤੂੰ ਰੋਣ ਡਿਆ ਮੇਰੇ ਮੁਅੱਕਲ ਪਰੇਸ਼ਾਨ ਹੋਣ ਡਏ ਆ ਚੁੜੇਲਾਂ ਪਰੇਸ਼ਾਨ ਹੋਣ ਡਈਆਂ ਨੇ। ਮੈਂ ਚੁੰਮਲਾ ਬੱਚਾ ਚੁੰਮਲਾ 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 ਤਲਿਸਮੀ ਪੱਥਰ ਆ ਤੂੰ ਵੀ ਚੁੰਮਲਾ ਤੂੰ ਵੀ ਚੁੰਮਲਾ ਤੂੰ ਵੀ ਚੁੰਮਲਾ। ਕਿੱਥੋਂ ਦਾ ਬਾਬਾ ਜੀ? ਇਹ ਬਾਬੇ ਦੇ ਬਾਥਰੂਮ ਦਾ ਵਾ। ਬਾਬਾ ਜੀ ਜੀ ਬੱਚਾ ਇਹ ਉੱਥੇ ਕਿਉਂ ਰੱਖਿਆ? ਅਕਸਰ ਉੱਥੇ ਪਾਣੀ ਨਹੀਂ ਹੁੰਦਾ ਬੱਚਾ। ਇੱਥੇ ਰੋਣਾ ਨਹੀਂ ਬੱਚਾ ਸਾਨੂੰ ਇੱਕੋ ਸਾਜ ਦੱਸ ਕਿੰਨੇ ਤੇਰਾ ਦਿਲ ਲੁੱਟਿਆ ਕਿੰਨੇ ਤੈਨੂੰ ਮਾਰ ਸੁੱਟਿਆ। ਓਹੋ ਕੀ ਹੋਇਆ ਕੀ ਹੋਇਆ ਬਾਬਾ ਜੀ? ਕੀ ਗੱਲ ਆ? ਕੈਸਾ ਤੁਹਾਡਾ ਬੱਬੀ ਲੈਰੀ ਦੇ ਗਿੱਟੇ ਗਾਮੂ ਏ ਉਸਤਾ। ਦਿਲ ਟੁੱਟਣ ਤੋਂ ਬਾਅਦ ਲੋਕ ਮਜਨੂੰ ਬਣਦੇ ਨੇ ਤੇ ਤੂੰ ਤੇ ਭੰਡ ਬਣ ਗਏ ਚੁਗਤਾਂ ਕਰਨ ਨੇ। ਨਹੀਂ ਬਾਬਾ ਜੀ। ਕੀ ਹੋਇਆ? 3 ਸਾਲ ਤੋਂ ਜਿਸ ਕੁੜੀ ਨਾਲ ਮੈਂ ਮੁਹੱਬਤ ਕਰਦਾ ਸੀ ਲੈ ਬਾਬਾ ਜੀ ਉਹਨਾਂ ਤੇ ਮੀਆਂ ਮਨਸੇ ਨੇ ਟੈਕਸ ਨਹੀਂ ਦਿੱਤਾ ਜਿੰਨਾ ਮੈਂ ਉਹਨੂੰ ਈਜ਼ੀ ਲੋਡ ਕਰਾਤਾ। ਬੱਚਾ ਇਹ ਸ਼ਕਲੋਂ ਹੀ ਮੈਨੂੰ ਟੈਕਸ ਵਰਕਰ ਲੱਗ ਰਿਹਾ। ਬਾਬਾ ਜੀ ਕਿਹੋ ਜਿਹੀਆਂ ਗੱਲਾਂ ਕਰਨ ਡੇ ਹੋ? ਅਰੇ ਚੰਗਾ ਰਾ ਸ਼ੂ ਸ਼ੂ ਕਰਵਾ ਕੇ ਹੁਣ ਇਹਦੇ ਥਰੂ ਤੇ ਮੈਂ ਰੋਕਾਂ ਅੱਖਾਂ ਬੰਦ ਕਰ ਬੱਚਾ। ਰਵਨ ਚੋਰ ਚੱਪਣ ਜੀ ਪਟਾਕ ਦਮ ਪੁਖਤ ਕੁੜੰਬਾ ਕੁਛ ਨਜ਼ਰ ਆਇਆ? ਨਹੀਂ ਬਾਬਾ ਜੀ। ਅੱਖਾਂ ਤੇ ਖੋਲ ਅੱਖਾਂ ਖੋਲੇਂਗਾ ਤੇ ਨਜ਼ਰ ਆਊਗਾ ਉਹਦੇ ਕਿੱਥੋਂ ਨਜ਼ਰ ਆਉਂਦਾ ਸਾਨੂੰ ਦੱਸ। ਮੈਂ ਕੀ ਪਿਆਰ ਵਿੱਚ ਖਟਿਆ? ਕੀ ਕੀਤਾ ਉਸ ਕੁੜੀ ਨੇ ਬੱਚਾ? ਬਾਬਾ ਜੀ ਜਿਸ ਕੁੜੀ ਨਾਲ ਮੈਂ ਪਿਆਰ ਕਰਦਾ ਪਰ ਮੂੰਹ ਕਰ ਗਿਆ ਪਤਾ ਕਰ ਉਹ ਮੈਨੂੰ ਛੱਡ ਕੇ ਚਲੇ ਗਈ ਹੈ ਬਾਬਾ ਜੀ। ਮੈਨੂੰ ਛੱਡ ਕੇ ਗਈ ਮੈਨੂੰ ਤੁਹਾਨੂੰ ਨਹੀਂ। ਓਏ ਘਬਰਾ ਨਾ ਦੋਸਤ ਤੇਰੇ ਸਾਹਮਣੇ ਬਾਬਾ ਜੀ ਦਾ ਜਿੰਦਾ ਜਾਗਦਾ ਮੌਜਜ਼ਾ ਬੈਠਾ। ਸਾਡੀ ਮੁਹੱਬਤ ਸਾਡੇ ਨਾਲ ਮੂੰਹ ਨਹੀਂ ਸੀ ਕਰਦੀ ਹੁਣ ਸਾਡੇ ਨਾਲ ਇੰਜ ਯੈਸ ਮੈਸ ਹੋਈ ਆ ਕਿ 1/2 ਹੋ ਰਿਹਾ। ਬਾਬਾ ਜੀ ਓਏ ਆਵਾ 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 ਤੇ ਤੂੰ ਉੱਠ ਕੇ ਸਾਈਡ ਤੇ ਹੋ ਜਾ ਮੈਨੂੰ ਡਾਇਰੈਕਟ ਹੋਣ ਦੇ ਬਾਬਾ ਜੀ ਨਾਲ। ਬਾਬਾ ਜੀ ਇਹ ਬਦਕਿਸਮਤੀ ਦਾ ਦਾਗ ਮੇਰੇ ਮੱਥੇ ਤੋਂ ਲਾ ਦਿਓ। ਜਾ ਬੱਚਾ ਅੰਦਰੋਂ ਸਿਰਫ ਐਕਸਲ ਫੜ ਓਕੇ ਮਾਂ ਇਹਦੇ ਤੇ ਮੈਂ ਦਾਗ ਲਾਵਾਂ। ਬਾਬਾ ਜੀ ਦਾਗ ਤੋਂ ਅੱਛੇ ਹੋਤੇ ਹੈ ਨਾਲੇ ਦੇਖੋ ਮੈਂ ਹੁਣੇ ਦਾਗ ਲਾ ਦੇਣਾ ਸਿਰਫ ਐਕਸਲ ਦੀ ਕਿਹੜੀ ਲੋੜ। ਗੱਡੀ ਦਾ ਡਰਾਈਵਰ ਕੱਢ ਕੇ ਲਿਆ ਮੁੰਡਿਆ ਇਹਦਾ। ਹਾਂ ਇਹਦਾ ਫਿਕਸ ਵਾ ਬਾਬਾ ਜੀ ਤੂੰ ਪੱਟ ਲਿਆ ਇਧਰੋਂ ਆ ਗਿਆ। ਜਾ ਬੱਚਾ ਜਿਹੜੀ ਕੁੜੀ ਨੇ ਕੀਤੀ ਇਹਦੇ ਨਾਲ ਬੇਵਫਾਈ ਉਹਨੂੰ ਲੈ ਕੇ ਆ ਲੈ ਕੇ ਆ। ਕਿੱਥੇ ਰਹਿੰਦੀ ਹੈ ਬੱਚਾ? ਬਾਬਾ ਜੀ ਮੈਂ ਤੁਹਾਨੂੰ ਕਿਉਂ ਦੱਸਾਂ? ਤੁਸੀਂ ਮੇਰੇ ਨਾਲ ਚੱਲੋ। ਕੁੜੀ ਨੇ ਕੀਤੀ ਤੇਰੇ ਨਾਲ ਬੇਵਫਾਈ? ਹਾਂਜੀ ਬਾਬਾ ਮੁਅੱਕਲ ਦੇ ਆਪ ਹੀ ਦੱਸਦੇ ਸਾਰਾ ਕੁਛ ਉੱਤੇ ਦੇਖ ਮੁਅੱਕਲ ਨਜ਼ਰ ਆਇਆ? ਨਹੀਂ ਬਾਬਾ ਜੀ ਸਾਈਡ ਤੇ ਵੇਖ। ਇਧਰ ਵੇਖ ਪਿੱਛੇ ਹੁਣ ਨਜ਼ਰ ਆਇਆ? ਬਾਬਾ ਜੀ ਸਾਰਾ ਕੁਛ ਦੱਸਦੇ ਕੀ ਹੋਇਆ ਤੇਰੇ ਨਾਲ? ਨਹੀਂ ਦੱਸਣਾ ਨਹੀਂ ਦੱਸਣਾ। ਕਿਹਨੂੰ ਕਹਿਣ ਡੇ ਹੋ? ਕਾਲੀਆਂ ਮਿਰਚਾਂ ਲੈ ਕੇ ਆ। ਇੱਕ ਰਾਇਤਾ ਬਣਾਉਣਾ ਬਾਬਾ ਜੀ? ਨਹੀਂ ਓਏ ਮੂਰਖਾ ਕੁੱਤਾ ਬਣਾ ਦਿਆਗਾ। 1/2 ਕਿਲੋ ਖੂਨ ਚਾਹੀਦਾ ਈ। ਕਿਹੜਾ ਬਾਬਾ ਜੀ? ਓ ਲੈਕਟ ਬਾਬਾ ਮੇਰਾ 1/2 ਕਿਲੋ ਨਾਲ ਲਿਖਣਾ ਬਾਬਾ ਇਹਨਾਂ ਦਾ ਬੈਨਰ ਲਿਖਿਆ ਜਾਣਾ ਵਾ। ਉਹ ਤਵੀਰ ਰਾਤ ਨੂੰ 1:30 ਵਜੇ ਤੂੰ ਕਬਰਸਤਾਨ ਦੇ ਵਿੱਚ ਦੱਬੇ ਆਣਾ ਵਾ
अच्छा जी। नाल पाइया गोश्त छोटा, अच्छा अद्धा किलो कीमा, एक चिट्टा कपड़ा, नाल एक डेढ़ लीटर दी बोतल। आए बाबा जी, ये समान दबन वाला नहीं, खान वाला सुरीलियां आइटमां सारियां। बाबा जी मेरे ते रहम करो, मैं उस कुड़ी ना बड़ा प्यार कर। बाबा जी आवे बस ताड़ी दे विच सवारी ने उल्टी करती। बाबा जी जा बच्चा साफ करके आवे। क्यों जिड़ा करे आप करे, मैं ते अमल सिखण होना उल्टियां धोण होना ताड़ियां। यार मूर्खा, सारियां सवारियां उठियां करतियां तू, और ट्रेन दा पता कर किथे पहुंच गई, कराची पहुंच गई के नहीं पहुंची। बाबा जी इन्ना क धागा सी ਇੱਥੇ ਕਿਤੇ ਹੋਣੀ ਆ। ਬਾਬਾ ਜੀ ਗਰੀਬ ਆਦਮੀ ਆ, ਇਹਦਾ ਕੰਮ ਕਰਦੇ ਹੋ ਕਿਤੇ ਵਿਚਾਰਾ ਉਹਦੇ ਪਿਆਰ 'ਚ ਖੁਦਕੁਸ਼ੀ ਨਾ ਕਰ ਲਵੇ। ਖੁਦਕੁਸ਼ੀ? ਓਏ ਗੱਲਾਂ ਗੱਲਾਂ 'ਚ ਪੁੱਠੇ ਮਸ਼ਵਰੇ ਨਾ ਦੇ ਓਏ। ਆ ਕਰ ਚਲੇ ਜਾਓ, ਸਾਰੇ ਚਲੇ ਜਾਓ, ਇੱਧਰ ਉੱਧਰ ਹੋ ਜਾਓ। ਓਏ ਯਾਰ ਚਲੋ ਸਾਰੇ ਚਲ ਜਾਓ। ਨਹੀਂ ਓਏ ਜਾ ਬੱਚਾ। ਬਾਬਾ ਜੀ ਇੱਥੇ ਜਾਲੇ ਹੀ ਜਾਲੇ ਆ, ਹੋਰ ਕੱਖ ਵੀ ਨਹੀਂ। ਓਏ ਜਿਨ੍ਹਾਂ ਦੇ ਜਾਲੇ ਆ ਬਾਬੇ ਕੋਲ ਚੜ੍ਹਾ ਰੱਖਾ ਲਈ। ਉਹ ਜਿਨ੍ਹਾਂ ਦੇ ਵੀ ਜਾਲੇ ਆ ਤੁਹਾਨੂੰ ਕੀ ਇਸ ਗੱਲ? ਲੈ ਵੀ ਬੱਚਾ ਉਹ ਕੁੜੀ ਦੀ ਸਾਨੂੰ ਤਸਵੀਰ ਦਿਖਾ, ਅਸੀਂ ਉਹਦਾ ਚਿਹਰਾ ਵੇਖ ਕੇ ਐਸਾ ਅਮਲ ਕਰਾਂਗੇ ਤੇਰੇ ਕਦਮਾਂ 'ਚ ਆ ਜਾਏਗੀ ਤੇਰੀ ਮੁਹੱਬਤ। ਬਾਬਾ ਜੀ ਤੁਸੀਂ ਵੀ ਮਸ਼ੂਕਾਂ ਵਾਲੇ ਹੋ, ਇੱਦਾਂ ਦੀ ਗੱਲ ਨਹੀਂ ਕਰੀਦੀ ਹੁੰਦੀ ਕਿਸੇ ਨੂੰ। ਓਏ ਬਾਬਾ ਜੀ ਨੇ ਤਸਵੀਰ 'ਤੇ ਅਮਲ ਕਰਨਾ, ਹੋਰ ਕੋਈ ਉਹਦੀ ਡੀ ਪੀ ਨਹੀਂ ਲਾਉਣੀ। ਬਾਬਾ ਜੀ ਮੈਨੂੰ ਤਸਵੀਰ ਲੈਣ ਦਿਓ। ਬਾਬਾ ਜੀ ਤੁਸੀਂ ਬਸ ਮੇਰੇ 'ਤੇ ਰਹਿਮ ਕਰੋ, ਮੈਂ ਕੁੜੀ ਤੁਹਾਡੇ ਕੋਲੋਂ ਲੈਣੀ। ਬਾਬਾ ਜੀ ਕੁੜੀ ਤੁਹਾਡੇ ਕੋਲ, ਤੁਹਾਡੇ ਕੋਲ ਕਾਹਤੋਂ ਲੈਣੀ ਬੱਚਾ? ਇਹ ਸਾਡੇ ਕੋਲ ਅਮਾਨਤਾਂ ਨੂੰ ਦਫਨਾਈ ਸੀ ਤੂੰ। ਬਾਬਾ ਜੀ ਮੈਨੂੰ ਉਹ ਕੁੜੀ ਲਿਆ ਦਿਓ, ਮੈਨੂੰ ਪਤਾ ਤੁਸੀਂ ਲਿਆ ਦੇਣੀ ਆ। ਓਏ ਤੂੰ ਬਾਬੇ ਨੂੰ ਕੀ ਸਮਝਣ ਡਿਆ? ਔਰ ਰਕਸ਼ੇ ਵਾਲਾ ਸਮਝਦਾ ਹੋ? ਬਾਬਾ ਜੀ ਉਹ ਐਡੀ ਬੇਵਫਾ ਨਿਕਲੀ ਏ ਬਾਬਾ ਜੀ, ਉਹਨੇ ਤੇ ਕੱਲੀ ਨੇ ਵੈਕਸੀਨ ਕਰਵਾ ਲਈ ਬਾਬਾ ਜੀ। ਬਾਬਾ ਜੀ ਇਹਨੇ ਜ਼ਰੂਰ ਉਸ ਕੁੜੀ ਦੇ ਮੂੰਹ 'ਤੇ ਨਾ ਫਰੈਂਚ ਨਿੱਛ ਮਾਰੀ ਹੋਣੀ ਹੈ। ਠੀਕ ਹੈ ਬੱਚਾ, ਹੋ ਜਾਏਗਾ ਕੰਮ ਤੇਰਾ, ਪਰ ਉਸ ਕੁੜੀ ਦਾ ਨਾਮ ਦੱਸ, ਉਹਦੀ ਮਾਂ ਦਾ ਨਾਮ ਦੱਸ। ਮੈਂ ਨਹੀਂ ਦੱਸਣਾ, ਮੈਂ ਕੰਮ ਵੀ ਨਹੀਂ ਕਰਨਾ। ਦੱਸ ਦੇ ਬਾਬਾ ਜੀ, ਗਾਂ ਕਿਸੇ ਨੂੰ ਨਹੀਂ ਦੱਸਦੇ। ਦੱਸ ਦੇ ਉਹਦਾ ਨਾਮ ਬਾਬਾ ਜੀ, ਅਫਸ਼ਾ ਬਿੰਤੇ ਖੁਰਸ਼ੈਦ ਆ। ਓਏ ਅਫਸ਼ਾ ਬਿੰਤੇ ਖੁਰਸ਼ੈਦ? ਹਾਂ। ਉਹ ਜਿਹਦਾ ਐਡਾ ਸਾਰਾ ਨੱਕ ਆ? ਹਾਂ ਹਾਂ। ਉਹ ਜਿਹਦੀਆਂ ਅੱਡੀਆਂ ਪਾਟੀਆਂ? ਹਾਂ ਹਾਂ। ਓਏ ਅੱਖੋਂ ਟੀਰੀ ਆ? ਹਾਂ। ਮੱਥੇ ਤੇ ਰਸੋਲੀ? ਓਏ ਇੱਕ ਲਾਤੋਂ ਦੀ ਲੱਕੜ ਦੀ ਆ? ਹਾਂ ਹਾਂ ਬਿਲਕੁਲ, ਪਿੰਡੇ ਦੇ ਵਾਲ ਉਹਦੇ। ਉਹ ਟੁੰਡੀ ਵੀ ਆ? ਹਾਂ। ਦੋ ਦੰਦ ਭੂਰੇ ਵੀ ਆ? ਕੰਨ ਦੇ ਥੱਲੇ ਫੋੜਾ ਨਿਕਲਿਆ? ਹਾਂ। ਖੰਡੀ ਵੀ ਆ ਯਾਰ? ਓਏ ਉਹ ਤੇ ਮੇਰੀ ਮਸ਼ੂਕ ਆ। ਓਏ ਉਹ ਬਰਫਾਨੀ ਬਿੱਲਿਆ, ਮੇਰੀ ਮਸ਼ੂਕ ਆ। ਸ਼ਕਾਪਨ ਤੋੜ ਚੱਪਨ। ਕੁੜੀ ਦਾ ਨਕਸ਼ਾ ਸੁਣ ਕੇ ਮੇਰਾ ਮੁਹੱਬਤ ਤੋਂ ਯਕੀਨ ਉੱਠ ਗਿਆ। ਜਿੱਦਾਂ ਤੁਸੀਂ ਕੁੜੀ ਦਾ ਨਕਸ਼ਾ ਦੱਸਿਆ, ਕੁੜੀ ਤੁਹਾਨੂੰ ਬੰਬ ਧਮਾਕੇ 'ਚ ਲੱਭੀ ਆ। ਇੰਨਾ ਚੰਗਾ ਤੂੰ ਕੋਈ ਜਾਨਵਰ ਪਾਲ ਲੈ ਹੈ। ਬਾਬਾ ਜੀ ਤੁਹਾਨੂੰ ਕੀ ਪਤਾ ਮੁਹੱਬਤ ਅੰਨੀ ਹੁੰਦੀ? ਅੰਨੀ ਤੇ ਠੀਕ ਆ, ਇੱਧਰ ਤੇ ਬੱਚਾ ਬੇੜੀ ਖਰਕ ਹੋਏ ਆ। ਪਰ ਮੁਹੱਬਤ ਤੇ ਅੰਨੀ ਹੁੰਦੀ ਆ, ਇੰਨੀ ਵੀ ਅੰਨੀ ਨਹੀਂ ਹੁੰਦੀ। ਔਰਤ ਤੇ ਦੇਖ ਜਿਵੇਂ ਟੂ ਪਾਰਟੀ ਹੁੰਦੀ, ਕਿਤੇ ਸ਼ਾਇਦ ਨਹੀਂ ਪਤਾ ਲੱਗਣ ਡਿਆ। ਓਏ ਮੇਰੀ ਮੁਹੱਬਤ ਆਏ, ਉਹ ਤੈਨੂੰ ਇੱਕ ਕਦਮ ਨਾ ਬਤਾਈ। ਖਬਰਦਾਰ ਬੱਚਾ, ਕਿਸੇ ਦੀ ਮੁਹੱਬਤ ਨਹੀਂ ਆ। ਓਏ ਉਹਦਾ ਨਾਂ ਵੀ ਅਭੀ ਨੇ ਜ਼ਮਾਨ ਚੱਲਿਆ, ਤੇ ਮੈਂ ਤੈਨੂੰ ਕਤਲ ਕਰ ਦਿਆਂਗਾ। ਇੱਕ ਮਿੰਟ ਬੱਚਾ। ਬਾਬਾ ਜੀ ਤੁਸੀਂ ਹੱਥੀਂ ਲੈ ਕੇ ਦਿੱਤੀ ਆ ਮੈਨੂੰ। ਬਾਬਾ ਜੀ ਮੈਨੂੰ ਵੀ ਹੱਥੀਂ ਲੈ ਦਿਓ। ਮੈਂ ਤੁਹਾਨੂੰ ਇੱਕ ਮਸ਼ਵਰਾ ਦੇਣਾ, ਤੁਹਾਡੇ ਇਲਾਕੇ 'ਚ ਕਿਤੇ ਫੌਤਗੀ ਹੋਵੇ, ਬਾਬਾ ਜੀ ਸੂਟ ਤੁਹਾਨੂੰ ਹੀ ਮਿਲੇਗਾ। ਨਹੀਂ, ਤੁਸੀਂ ਉਸ ਲਾਸ਼ ਦਾ ਸੌਦਾ ਮਾਰਨਾ ਹੈ ਤੇ ਚੀਜ਼ਾਂ ਕਨਵਰਟ ਕਰਨੀਆਂ ਨੇ। ਉਹ ਕੁੜੀ ਨੂੰ ਸਹੀ ਕਰੋ ਬੱਚਾ, ਫਿਰ ਤੁਹਾਡੇ 'ਚੋਂ ਇੱਕ ਅੱਧਾ ਕੁਰਬਾਨੀ ਦੇਵੇ, ਇੱਕ ਅੱਧਾ ਸ਼ਾਦੀ ਕਰੇ। ਛਟਵਨ ਚੋੜ ਚੱਪਨ ਮੁਕਲ ਫੈਸਲਾ ਕਰਨਗੇ। ਚੁੜੇਲੇ ਚੁੜੇਲੇ ਦੱਸ ਮੈਨੂੰ, ਇਹਨਾਂ 'ਚ ਸੌਖਾ ਕਿਹੜਾ ਵਾ? ਬਾਬਾ ਜੀ ਇਹਨਾਂ 'ਚ ਸੌਖਾ ਆ ਤਾਂ ਮੈਨੂੰ ਵੈਸੇ ਬਾਬਾ ਜੀ ਘਰੋਂ ਮਾੜਾ ਲੱਗਦਾ, ਆ ਪਤਾ ਠੀਕ ਆ। ਸ਼ਾਦੀ ਇਸ ਮੁੰਡੇ ਨਾਲ ਹੋਏਗੀ ਬਾਬਾ ਜੀ, ਤੇ ਕੁਰਬਾਨੀ ਦੇਗਾ ਤੂੰ ਬਾਬਾ ਜੀ। ਬਾਬਾ ਜੀ ਤੁਸੀਂ ਡੰਡੀ ਮਾਰਨ ਡੇ ਹੋ, ਬੜੇ ਤੁਸੀਂ ਡੰਡੀ ਨਸਲ ਦੇ ਹੋ ਬਾਬਾ ਜੀ। ਜੀ ਬੱਚਾ ਮੈਂ ਤੁਹਾਡੇ ਨਾਲ ਆ ਬਾਬਾ ਜੀ। ਓਏ ਜੇ ਆਪਣੀ ਜ਼ਿੰਦਗੀ ਚਾਹੁੰਦਾ ਹੈ ਨਾ ਤੇ ਟਿਕਟਾਂ ਦੋ ਲੈ ਲੈ। ਓ ਇੱਕ ਮਿੰਟ ਠਹਿਰ ਜਾ, ਮੈਨੂੰ ਉਹਦੇ ਕੋਲੋਂ ਟਿਕਟਾਂ ਨਹੀਂ, ਉਹਦੇ ਕੋਲ ਇੰਤਕਾਮ ਲੈਣ ਦੇ। ਲੈ ਲਾ ਇੰਤਕਾਮ, ਤੂੰ ਵੀ ਤਾਂ ਘੰਟਾ ਹੋ ਗਿਆ। ਓਏ ਜੇ ਆਪਣੀ ਜ਼ਿੰਦਗੀ ਚਾਹੁੰਦਾ ਉਹਨੂੰ ਭੁੱਲ ਜਾ, ਆਪਣੀ ਜ਼ਿੰਦਗੀ 'ਚੋਂ ਖਤਮ ਕਰ ਦੇ ਉਹਦੀ ਯਾਦਾਂ। ਲੜਾਈ ਨਹੀਂ ਕਰਨੀ ਬੱਚਾ, ਪਿਆਰ ਮੁਹੱਬਤ ਦੇ ਨਾਲ। ਔਰਤ ਜ਼ਾਤ ਪਿੱਛੇ ਲੜਨਾ, ਦੌਲਤ ਪਿੱਛੇ ਲੜਨਾ ਬਹੁਤ ਵੱਡੀ ਬੇਵਕੂਫੀ ਹੈ ਬੱਚਾ। ਬਾਬਾ ਜੀ ਇਹਨੂੰ ਦੱਸੋ ਕਿ ਅਫਸ਼ਾਂ ਬਸ ਮੇਰੀ ਹੈ। ਤੂੰ ਆਵਾਸ ਰਹੀ ਹੈ, ਤੇਰੀ ਹੈ। ਮੈਂ ਜੇ ਆਵਾਸ ਰਹੀ ਹਾਂ ਤਾਂ ਮੈਂ ਤੈਨੂੰ ਗੁਲਾਮ ਲਈ ਬਣਾ ਦੇਣਾ ਹੀ। ਉਹ ਪਰਾਂ ਹੋਈਆ ਮੈਂ ਲਿਆ ਜਾ। ਅੱਛਾ ਭਾਜੀ ਡਬਲਯੂ ਡਬਲਯੂ ਯੂ ਵਿਲ ਯਾ।